ਪੰਜਾਬ ਤੋਂ ਬਾਅਦ ਹੁਣ ਚਿੱਟੇ ਨੇ ਆਪਣੇ ਪੈਰ ਹਿਮਾਚਲ ਵਿੱਚ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਨੇ, ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਹਿਮਾਚਲ ਦੀ ਸੀਮਾ 'ਤੇ ਵਸੇ ਹਿਮਾਚਲ ਦੇ ਪਿੰਡ ਭਦਰੋਆ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਅਤੇ ਉਹਨਾਂ ਦੇ ਕੋਲ ਇੰਜੈਕਸ਼ਨ ਵੀ ਪਏ ਮਿਲੇ ਹਨ, ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਧਰ ਇਸ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨਫੋਰਮੇਸ਼ਨ ਆਈ ਹੈ ਕਿ ਦੋ ਡੈਡ ਬੋਡੀ ਜਿਹੜੀਆਂ ਰਿਵਰ ਬੈੱਡ ਦੀ ਸਾਈਡ 'ਤੇ ਪਈਆਂ ਹੋਈਆਂ, ਉਸ ਤੋਂ ਬਾਅਦ ਮੌਕੇ 'ਤੇ ਇੰਸਪੈਕਟ ਕੀਤਾ, ਦੋਨੋਂ ਜਿਹੜੇ ਹੈ ਲੋਕੀ ਅਜੇ ਆਈਡੈਂਟੀਫਾਈ ਨਹੀਂ ਹੈ, ਜੋ ਦੋ ਲੜਕਿਆਂ ਦੀ ਡੈਡ ਬੋਡੀ ਆਈਡੈਂਟੀਫਾਈ ਨਹੀਂ ਹੈ। ਇਹਨਾਂ ਦੀ ਬੋਡੀ ਅਸੀਂ ਪੋਸਟਮਾਰਟਮ ਵਾਸਤੇ ਭੇਜ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋ ਪਾਊਗਾ ਕਿ ਇਹਨਾਂ ਦੀ ਜਿਹੜੀ ਮੌਤ ਦਾ ਕਾਰਨ ਕੀ ਹੈ। ਅਤੇ ਸਰ ਕੋਈ 7:30-8 ਦੇ ਅਰਾਊਂਡ ਇਨਫੋਰਮੇਸ਼ਨ ਮਿਲੀ, ਜਿਸ ਤੋਂ ਬਾਅਦ ਸਪੋਟ 'ਤੇ ਅਸੀਂ ਪਹੁੰਚੇ। ਪਹਿਚਾਣ ਸਰ ਹੋ ਪਈ ਕੋਈ ਇਹਨਾਂ ਦੀ? ਨਹੀਂ, ਹਜੇ ਆਈਡੈਂਟੀਫਿਕੇਸ਼ਨ ਨਹੀਂ ਹੋਈ ਹੈ। ਆਈਡੈਂਟੀਫਿਕੇਸ਼ਨ ਵਾਸਤੇ ਅਸੀਂ ਇਹਨਾਂ ਦੀ ਫੋਟੋਜ਼ ਵਾਇਰਲ ਕਰ ਰਹੇ ਹਾਂ ਸੋਸ਼ਲ ਮੀਡੀਆ ਦੇ ਵਿੱਚ, ਅਤੇ ਜਿਵੇਂ ਇਹਨਾਂ ਦੀ ਪਹਿਚਾਣ ਹੋਊਗੀ ਉਸ ਤਰੀਕੇ ਨਾਲ ਕਰ ਰਹੇ। ਸਰ ਕੋਈ ਕਾਜ਼ ਆਫ ਡੈਥ ਪਤਾ ਚੱਲਿਆ ਜੀ ਇਹਦੇ ਕੀ? ਨਹੀਂ, ਕਾਜ਼ ਆਫ ਡੈਥ ਹਜੇ ਨਹੀਂ ਪਤਾ ਲੱਗਿਆ। ਪੋਸਟਮਾਰਟਮ ਇੱਕ ਵਾਰੀ ਅਸੀਂ ਇਹਨਾਂ ਦਾ ਕਰਾਵਾਂਗੇ, ਪੋਸਟਮਾਰਟਮ ਤੋਂ ਬਾਅਦ ਜੋ ਵੀ ਡਾਕਟਰ ਦੀ ਰਿਪੋਰਟ ਹੋਊਗੀ ਉਸਦੇ ਅਕੋਰਡਿੰਗਲੀ ਕਰਵਾਈ ਕੀਤੀ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।